ਲੈ ਵੀ ਇੱਥੇ ਹਵਾ ਲੱਗਦੀ ਥੋੜੀ ਜਿਹੀ ਸੀ ਪਹਿਲੇ ਗਰਮੀ 'ਚ ਗਰਮੀ 'ਚ ਗਏ ਸੀਗੇ ਅਤੇ ਹੁਣ ਅਸੀਂ ਜਾ ਕੇ ਛਾਵੇਂ ਖੜ ਗਏ ਥੋੜ੍ਹਾ ਸਾਹ ਜਿਹਾ ਆਉਂਦਾ ਯਾਰ ਰੱਬ ਦੇ ਜਿਹੜੇ ਦਰਖਤ ਆ ਨਾ ਜਦੋਂ ਇਹ ਨਾ ਹੇਠਾਂ ਬੈਠਦਾ ਬੰਦਾ ਅਤੇ ਯਾਰ ਮਨ ਨੂੰ ਨਾ ਥੋੜ੍ਹਾ ਜਿਹਾ ਸਰੀਰ ਨੂੰ ਸੁੱਖ ਜਿਹਾ ਮਿਲਦਾ ਯਾਰ ਹੈ ਵੀ ਰੱਬ ਨੇ ਦਰਖਤ ਵੀ ਇਸੇ ਕਰਕੇ ਬਣਾਏ ਸੀ ਵੀ ਮੈਂ ਉੱਤੋਂ ਗਰਮੀ ਪਾਵਾਂਗਾ ਅਤੇ ਥੱਲੋਂ ਤੁਸੀਂ ਦਰਖਤਾਂ 'ਤੇ ਬੈਠ ਕੇ ਮੌਜਾਂ ਮਾਨੀਓ ਹੈਂ ਮੰਜੀ ਡਾਹ ਕੇ ਸੋ ਜਾਈਓ ਰੋਟੀ ਖਾਈਓ ਹੈਂ ਬੜਾ ਕੁਛ ਰੱਬ ਨੇ ਕੀਤਾ ਸੀਗਾ ਪਰ ਸਾਰਾ ਕੁਛ ਵਿਗੜ ਗਿਆ। ਅੱਛਾ ਯਾਰ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਜਿਹੜੇ ਬੰਦੇ ਆ ਨਾ ਆਹ ਐਨ ਜੀ ਓ ਬਣਾ ਕੇ ਲੋਕ ਵੀ ਤੁਸੀਂ ਪਹਿਲੇ ਤਾਂ ਆਹ ਦੇਖੋ ਵੀ ਕਿੰਨੇ ਲੋਕ ਇੱਥੇ ਅਮੀਰ ਨੇ 90% ਲੋਕ ਤਾਂ ਇੱਥੇ ਆਪਣਾ ਰੋਟੀ ਰੋਜੀ ਦੇ ਮੁਹਤਾਜ ਨੇ ਆਪਾਂ ਉਹਨੂੰ ਕਾਰੋਬਾਰ ਨਹੀਂ ਦੇ ਸਕਦੇ ਆਪਾਂ ਉਹਨਾਂ ਨੂੰ ਯਾਨੀ ਕਿ ਜਿਹੜਾ ਆਪਾਂ ਜਿਹੜਾ ਕੰਮ ਕਾਰੋਬਾਰ ਕਰਦੇ ਹਾਂ ਉੱਥੇ ਪੈਸੇ ਆਪਾਂ ਉਹਨਾਂ ਲੋਕਾਂ ਦੇ ਕਮਾਉਂਦੇ ਹੈਗੇ ਹਾਂ ਫਿਰ ਆਪਾਂ ਉਹਨਾਂ ਨੂੰ ਵੰਡਦੇ ਹੈਗੇ ਹਾਂ। ਸਰਕਾਰ ਵੀ ਸਾਡੀ ਕਹਿੰਦੀ ਹੈ ਵੀ ਮੈਂ ਆਪਣਾ ਲੋਕਾਂ ਦੇ ਲਈ ਇੰਨੇ ਜਾਣੀ ਕਿ ਸਕੀਮਾਂ ਚਲਾਈਆਂ ਹੋਈਆਂ ਨੇ ਬੱਚਿਆਂ ਦੇ ਲਈ ਕੁੜੀਆਂ ਦੇ ਲਈ ਵਿਆਹਾਂ ਲਈ ਗਰੀਬਾਂ ਲਈ ਬਜ਼ੁਰਗਾਂ ਲਈ ਬਿਮਾਰਾਂ ਲਈ ਸਰਕਾਰ ਵੀ ਸਕੀਮਾਂ ਚਲਾਉਂਦੀ ਆ। ਸਾਰਾ ਬੰਦੇ ਵੇਖੋ ਪਹਿਲੇ ਤੁਸੀਂ ਜਿਹਨਾਂ ਲਈ ਸਕੀਮਾਂ ਚਲਾਈਆਂ ਜਾਂਦੀਆਂ ਨੇ ਆਹ ਬੰਦੇ ਬੈਠੇ ਨੇ ਉੱਧਰ ਹੋਰ ਦੇਖ ਦੁਨੀਆ ਜਿਹੜੀ ਹੈਗੀ ਆ ਆ ਬਾਊ ਜੀ ਵੀ ਦੇਖੋ ਲੰਘ ਜਾ ਲੰਘ ਜਾ ਲੰਘ ਜਾ ਤੂੰ ਲੰਘੀ ਜਾ ਆਪਣਾ ਕੰਮ ਕਰੀ ਜਾ ਤੇਰੀ ਮਿਹਨਤ ਤੇਰੇ ਨਾਲ ਆ ਹੈਂ ਬਸਰ ਮੈਨ ਵੀ ਹੈਗਾ ਦੇਖੋ ਕਿੱਦਾਂ ਲਿਜਾਂਦਾ ਹੈਗਾ ਵਾਰ ਵਾਰ ਇੱਥੋਂ ਘਰ ਤੋਂ 50 ਚੱਕਰ ਲਾ ਚੁੱਕਾ ਮਿਹਨਤ ਕਿੰਨੀ ਕਰ ਰਿਹਾ ਹੈਗਾ ਵਾ ਐਕਟਿਵਾ ਦੇ ਆਉਂਦਾ ਧੁਲਾਈ ਕਿਸੇ ਹੋਰ ਪਾਸੇ ਕਰਦਾ ਇੱਧਰ ਸੁਕਾਉਂਦਾ ਵਾ ਇਹ ਮਿਹਨਤ ਯਾਰ ਕਰਦਾ ਪਿਆ ਹੈਗਾ ਵਾ। ਮੈਂ ਗੱਲ ਕਰ ਰਿਹਾ ਸੀ ਜਿਹੜੇ ਬੰਦੇ ਨਾ ਕਹਿੰਦੇ ਗਰੀਬ ਕੰਨਿਆ ਕੋਈ ਸਾਦੀ ਵਿਧਵਾਓਂ ਕੋ ਰਾਸ਼ਨ ਦੇਣਾ ਔਰ ਉਸਕੇ ਬਾਅਦ ਅੱਜ ਕੱਲ੍ਹ ਕਹਤੇ ਵੀ ਹਮ ਮੈਡੀਕਲ ਜੋ ਸੇਵਾ ਹੋਤੀ ਹੈ ਵੋ ਫਰੀ ਦੇਣਾ ਵੀ ਤੁਮ ਕਿਤਨੇ ਕੇ ਬੜੇ ਰਈਸ ਹੋ ਯਾਰ ਪੈਸੇ ਕਹਾਂ ਸੇ ਲੈ ਕੇ ਆਇਆ ਤੂੰ ਭਈਆ ਲਾਲਾ ਤੂੰ ਜੋ ਗਰੀਬੋਂ ਕੀ ਸੇਵਾ ਕਰ ਰਿਹਾ ਹੈ ਪਹਿਲੇ ਤੂੰ ਗਰੀਬ ਤੂੰ ਬਣਾਤਾ ਇਨਕੋ ਫਿਰ ਇਨਕੋ ਦਵਾਈ ਦੇਤਾ ਹੈ ਪਹਿਲੇ ਦਾਰੂ ਜੋ ਲੋਕ ਠੇਕੋਵਰ ਪੀਤੇ ਹੈ ਜੋ ਨਸ਼ਾ ਕਰਦੇ ਹੈ ਬੀੜੀ ਸਿਗਰਟ ਜੋ ਵੀ ਹੈ ਬਿਮਾਰੀ ਤੋਂ ਲਗਤੀ ਹੈ ਨਾ ਹਰ ਕਿਸੀ ਕੋ ਉਸੀ ਕੋ ਰੋਕ ਲਓ ਯਾਰ ਤੁਮ ਲੋਕ ਸਮਾਜ ਮੇ ਯਾਰ ਉਨ ਲੋਕੋਂ ਕੋ ਸਮਝਾਓ ਜਾਂ ਸੋਚ ਬਦਲੋ ਇਸ ਮੇ ਪੈਸਾ ਤਾਂ ਲਗੇਗਾ ਨਹੀਂ ਕੋਈ ਆਪਕਾ ਆਪਕੇ ਆਸ ਪੜੋਸ ਮੇ ਲੋਕ ਹੈ ਜਾਂ ਜੈ ਬੈਠੇ ਹੈ ਜੇ ਦੇਖੀਏ ਜੈਸੇ ਜੇ ਲੋਕ ਬੈਠੇ ਹੈ ਇਨਕੇ ਪਾਸ ਜਾਈਏ ਲੋਕ ਪਾਸ ਇਤਨੀ ਹਿੰਮਤ ਹੈ ਨਹੀਂ ਕਿਉਂਕਿ ਆਪਕੀ ਫੋਟੋ ਨਹੀਂ ਛਪੇਗੀ ਜਬ ਇਨਕੋ ਆਪ ਸਮਝਾਓਗੇ ਤੋ ਆਪਕੇ ਅਖਬਾਰੋਂ ਮੇ ਫੋਟੋ ਨਹੀਂ ਛਪੇਗੀ ਲੈ ਲਾ ਹੈਂ ਤੂੰ 200,000 2,000 4,000 10,000 ਦੇ ਕੇ ਆਪਣੀ ਫੋਟੋ ਅਖਬਾਰ ਲੈਤਾ ਹੈ ਅਗਰ ਨਹੀਂ ਵੀ ਲਗਾਉਂਦਾ ਦਿਮਾਗ ਇੱਕੋ ਹੈ ਤੂੰ 10-20,000 ਰੁਪਏ ਦੇ ਕੇ ਤੂੰ ਆਪਣੀ ਜੇ ਗਰੀਬੀ ਦੂਰ ਕਰ ਦੇਗਾ ਬਿਮਾਰੇ ਕੋ ਠੀਕ ਕਰ ਦੇਗਾ ਤੂੰ ਅਜੇ ਸਰਕਾਰ ਨਸ਼ਾ ਨਹੀਂ ਛੁਡਵਾ ਸਕੀ ਜਿਤਨੇ ਵੀ ਨਸ਼ੇੜੀ ਜਾਤੇ ਨਾ ਨਸ਼ਾ ਛੁਡਾਉਣ ਕੇ ਲੀਏ ਵੋ ਬਾਹਰ ਆ ਕੇ ਫਿਰ ਨਸ਼ਾ ਕਰਨ ਲੱਗ ਜਾਤੇ ਹੈ ਕੋਈ 1-2% ਹੋ ਗਏ ਜਬ ਛੁੱਟ ਜਾਤੇ ਹੈ ਤਾਂ 99% ਤੋਂ ਵੋ ਨਸ਼ੇ ਕੇ ਸਾਥ ਹੀ ਮਰਤੇ ਹੈ ਭਈਆ ਹੈਂ ਹਾਂ ਹਾਂ ਭਾਈ ਹਾਂ ਕਿਆ ਦਿਖ ਰਿਹਾ ਨਾ ਤੇਰੇ ਕੋ ਕੋਈ ਰਿਕਸ਼ਾ ਵਾਲਾ ਕੋਈ ਰੇੜੀ ਵਾਲਾ ਹੈ ਅਰੇ ਪਤਾ ਨਹੀਂ ਕਿਤਨੀ ਤਰ੍ਹਾਂ ਕੇ ਲੋਕ ਗਰੀਬ ਹੈ ਫੋਨ ਆ ਗਿਆ ਯਾਰ ਮੈਂ 1 ਮਿੰਟ ਜਾ ਕੇ ਨਾ ਆ ਗਿਆ ਬਸ 2 ਮਿੰਟ ਮੈਂ ਆ ਗਿਆ ਵੇਟ ਕਰ ਆ ਗਿਆ ਸਕੂਲ ਕੋਲ ਲੱਗੇ ਆਣਾ ਬੱਚੀ ਫੋਨ ਕਰ ਦਿਆ ਉਸਨੂੰ ਤਾਂ ਵੀ ਮੈਂ ਇੱਧਰ ਖੜਾ ਤਾਂ ਬੰਟੀ ਕਹਿਣੇ ਦਾ ਮਤਲਬ ਯਾਰ ਹੈ ਲੋਕਾਂ ਨੂੰ ਸਮਝਾਓ ਯਾਰ ਸੋਚ ਬਦਲ ਸਮਾਜ ਬਦਲ ਕਿਸੇ ਕੋ ਨਹੀਂ ਦੇ ਹਮ ਕਿਸੇ ਕੋ ਦਵਾਈਆਂ ਨਹੀਂ ਦੇ ਸਕਦੇ ਜਾਂ ਜੇ ਤੋ ਸਰਕਾਰ ਜੋ ਕਰੋੜੋ ਰੁਪਏ ਹਮਸੇ ਟੈਕਸ ਲੈਤੀ ਹੈ ਜਾਂ ਸਰਕਾਰ ਪਰ ਦਬਾਵ ਡਾਲ ਜਾਏ ਜਾਂ MLA ਜੋ ਚੁਣਤੇ ਹਮ ਲੋਕ ਉਨਸੇ ਯਾਨੀ ਕਿ ਹਿਸਾਬ ਮੰਗਾ ਜਾਏ MP ਸੇ ਹਿਸਾਬ ਮੰਗਾ ਜਾਏ ਲੇਕਿਨ ਹਮਕੋ ਵੋਟ ਡਾਲਣਾ ਤੋ ਹਮੇ ਅਭੀ ਤੱਕ ਆਇਆ ਨਹੀਂ ਹੈ। ਹੈਲੋ ਮੈਡਮ ਜੀ ਡਾਇਲ ਹੋ ਗਿਆ ਆ ਰਿਹਾ ਮੈਂ ਬੱਚੀ ਲੈਣ ਤੋ ਮਤਲਬ ਇਹ ਹੈਗੀ ਹਮੇ ਪਹਿਲੇ ਆਪਣੇ ਆਪ ਕੋ ਸਮਝਾਉਣਾ ਹੋਗਾ ਆਪਣੇ ਆਪ ਕੋ ਬਦਲਣਾ ਹੋਗਾ ਮੈਂ ਕਿਸੇ ਕੋ ਪੈਸੇ ਨਹੀਂ ਦੇ ਸਕਦਾ ਮੈਂ ਕਿਸੇ ਕੋ ਠੀਕ ਨਹੀਂ ਕਰ ਸਕਦਾ ਅਗਰ ਆਪ ਕੋ ਕਾਰੋਬਾਰ ਹੈ ਤੋ ਕਾਰੋਬਾਰ ਉਨਕੋ ਦੀਜੀਏ ਜੋ ਬੰਦੇ ਮਜ਼ਦੂਰੀ ਦੀਜੀਏ ਉਨਕੋ ਕਮਾਨਾ ਸਿਖਾਈਏ ਉਨਕੋ ਜਾਂ ਫਿਰ ਉਨਕੋ ਸਮਝਾਈਏ ਜੋ ਨਸ਼ਾ ਕਰਤੇ ਹੈ ਆਪਕੇ ਆਪਕਾ ਬੇਟਾ ਵੀ ਆਪਕਾ ਭਾਈ ਵੀ ਆਪਕਾ ਰਿਸ਼ਤੇਦਾਰ ਵੀ ਸਭੀ ਲੋਕ ਹਮਾਰੇ ਤੋ ਸਮਾਜ ਮੇ ਰਹਤੇ ਹੈ ਯਾਰ ਅਰੇ ਯਾਰ ਇਤਨਾ ਹਿੰਮਤ ਕੌਣ ਕਰਤਾ ਹੈ ਵੋ ਤੋ ਸਮਝੇਗਾ ਨਹੀਂ ਆਪਕੋ ਗਾਲੀਆਂ ਵੀ ਦੇ ਦੇਗਾ ਲੇਕਿਨ ਥੋੜ੍ਹਾ ਸਾ ਭਈਆ ਸਮਝਾਉਣਾ ਪੜੇਗਾ ਮੇਰੇ ਕੋ ਫੋਨ ਆ ਰਿਹਾ ਅਬ ਮੈਂ ਚਲਤਾ ਹੂੰ ਸਕੂਲ ਸੇ ਲੈਣਾ ਬੱਚੇ ਕੋ ਤੋ ਭਈਆ ਚਲੇ ਬੰਟੀ ਯਾਰ ਜਿਤਨੀ ਮਰਜ਼ੀ ਬਾਤਾਂ ਕਰ ਲਓ ਬਾਤਾਂ ਤੋ ਖਤਮ ਨਹੀਂ ਹੋਗੀ ਉਹ ਦੇਖ ਬਾਤਾਂ ਕਰ ਰਿਹਾ ਦੇਖ ਹੈ ਮਾਟੀ ਕਾ ਪਿਤਲਾ ਕੈਸੇ ਬੋਲਤ ਹੈ ਕਿਆ ਮਜ਼ਾ ਹੈ ਤੇਰਾ ਪਾਣੀ ਕੇ ਹਾਥ ਮੇ ਬੋਤਲ ਕਿਤਨਾ ਖੁਸ਼ ਹੈ ਦੇ ਸੇਠ ਸੇ ਵੀ ਜ਼ਿਆਦਾ ਖੁਸ਼ ਹੈ ਸੇਠ ਤੋ ਬਾਹਰ ਨੋਟ ਗਿਣ ਰਿਹਾ ਲੇਕਿਨ ਜੇ ਕੁਛ ਵੀ ਨਹੀਂ ਗਿਣ ਰਿਹਾ ਚੱਲ ਚੱਲੇ ਯਾਰ ਬਾਤਾਂ ਖਤਮ ਹੀ ਨਹੀਂ ਹੋ